ਇਸ ਵੇਲੇ ਦੀ ਅਹਿਮ ਖਬਰ ਬੇਅਦਬੀ ਮਾਮਲੇ ਦੇ ਵਿੱਚ ਐਸਆਈਟੀ ਦੀ ਟੀਮ ਅੱਜ ਡੇਰਾ ਸਿਰਸਾ ਪਹੁੰਚੀ ਹੈ ਜਿੱਥੇ ਡੇਰੇ ਦੀ ਚੇਅਰਪਰਸਨ ਵਿਪਾਸਨਾ ਇਨਸਾ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਹੈ। ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜੋ ਪੰਜਾਬ ਪੁਲਿਸ ਦੀ ਐਸਆਈਟੀ ਹੈ ਉਹ ਅੱਜ ਡੇਰਾ ਸਿਰਸਾ ਸੱਚਾ ਸੌਦਾ ਵਿਖੇ ਪਹੁੰਚੀ ਹੈ ਜਿੱਥੇ ਡੇਰੇ ਦੀ ਚੇਅਰਪਰਸਨ ਅਤੇ ਪੀਆਰ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਹੈ। ਕਈ ਵਾਰ ਸੰਮਨ ਕੀਤੇ ਗਏ ਨੇ ਵਿਪਾਸਨਾ ਇਨਸਾ ਨੂੰ, ਲੇਕਿਨ ਜਦੋਂ ਪੇਸ਼ ਨਹੀਂ ਹੋਈ ਤਾਂ ਅੱਜ ਜੋ ਐਸਆਈਟੀ ਦੀ ਟੀਮ ਹੈ ਉਹ ਸਿਰਸਾ ਪਹੁੰਚੀ ਹੈ ਜਿੱਥੇ ਡੇਰਾ ਸੱਚਾ ਸੌਦਾ ਦੇ ਵਿਖੇ ਜਾ ਕੇ ਉਹਨਾਂ ਨੇ ਵਿਪਾਸਨਾ ਇਨਸਾ ਦੇ ਕੋਲੋਂ ਵੀ ਪੁੱਛਗਿੱਛ ਕੀਤੀ ਆ ਅਤੇ ਡੇਰੇ ਦੇ ਜੋ ਪੀਆਰ ਨੇ ਉਹਨਾਂ ਦੇ ਕੋਲੋਂ ਵੀ ਪੁੱਛਗਿੱਛ ਕੀਤੀ ਗਈ ਹੈ। ਬੇਅਦਬੀ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੀ ਇਹ ਜੋ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਉਹ ਅੱਜ ਸਿਰਸਾ ਡੇਰਾ ਪਹੁੰਚੀ ਹੈ। ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇਨਸਾ ਅਤੇ ਪੀਆਰ ਨੈਨ ਦੇ ਕੋਲੋਂ ਪੁੱਛਗਿੱਛ ਕੀਤੀ ਗਈ। ਇਸ ਤੋਂ ਪਹਿਲਾਂ 3 ਵਾਰ ਸੰਮਨ ਜਾਰੀ ਕਰਨ ਦੇ ਬਾਵਜੂਦ ਇਹ ਦੋਵੇਂ ਲੁਧਿਆਣਾ ਆਈਜੀ ਦਫ਼ਤਰ ਨਹੀਂ ਪਹੁੰਚੇ ਸਨ, ਜਿਹਦੇ ਚੱਲਦੇ ਅੱਜ ਜਿਹੜੀ ਐਸਆਈਟੀ ਦੀ ਟੀਮ ਹੈ ਉਹ ਇੱਥੇ ਪਹੁੰਚੀ ਹੈ। ਹਾਲਾਂਕਿ ਵਿਪਾਸਨਾ ਇਨਸਾ ਨੇ ਸੰਮਨਾਂ ਦਾ ਕੋਈ ਜਵਾਬ ਵੀ ਨਹੀਂ ਭੇਜਿਆ ਸੀ, ਜਦਕਿ ਪੀਆਰ ਨੈਨ ਦੇ ਵੱਲੋਂ ਬਿਮਾਰ ਹੋਣ ਦੀ ਗੱਲ ਕਹਿ ਕੇ ਆਪਣਾ ਮੈਡੀਕਲ ਜ਼ਰੂਰ ਭੇਜਿਆ ਗਿਆ ਸੀ, ਲੇਕਿਨ ਇਸ ਰਵੱਈਏ ਨੂੰ ਦੇਖਦੇ ਹੋਏ ਅੱਜ ਐਸਆਈਟੀ ਦੀ ਟੀਮ ਡੇਰਾ ਸਿਰਸਾ ਪਹੁੰਚੀ, ਜਿਸ ਦੇ ਵਿੱਚ ਪੰਜਾਬ ਪੁਲਿਸ ਦੇ ਆਈਜੀ ਐਸਪੀਐਸ ਪਰਮਾਰ ਸਨ ਜਿਨ੍ਹਾਂ ਨੇ ਅਗਵਾਈ ਕੀਤੀ ਇਸ ਟੀਮ ਦੀ, ਅਤੇ ਐਸਐਸਪੀ ਮੁਖਵਿੰਦਰ ਭੁੱਲਰ ਅਤੇ 2 ਹੋਰ ਅਫਸਰਾਂ ਦੀ ਟੀਮ ਇਹ ਪੂਰੀ ਇੱਥੇ ਡੇਰਾ ਸਿਰਸਾ ਪਹੁੰਚੀ ਹੈ ਜਿੱਥੇ ਇਹਨਾਂ ਨੇ ਪੁੱਛਗਿੱਛ ਕੀਤੀ ਹੈ। 1 ਘੰਟੇ ਦੇ ਕਰੀਬ ਇਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਹੈ, ਤਮਾਮ ਸਵਾਲ ਜਵਾਬ ਕੀਤੇ ਗਏ ਨੇ। ਸੰਮਨ ਇਹਨਾਂ ਨੂੰ ਕੀਤਾ ਗਿਆ ਸੀ ਲੇਕਿਨ ਇਹ ਪੇਸ਼ ਨਹੀਂ ਸੀ ਹੋ ਰਹੇ, ਜਿਹਦੇ ਚੱਲਦੇ ਜੋ ਐਸਆਈਟੀ ਹੈ ਉਸਨੇ ਕਿਹਾ ਕਿ ਰਵੱਈਆ ਹੋਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਅਤੇ ਅੱਜ ਆਈਜੀ ਪਰਮਾਰ ਦੀ ਅਗਵਾਈ ਦੇ ਵਿੱਚ ਇਹ ਟੀਮ ਸਿਰਸਾ ਪਹੁੰਚੀ ਹੈ ਜਿੱਥੇ ਡੇਰਾ ਸੱਚਾ ਸੌਦਾ ਵਿਖੇ ਜਾ ਕੇ ਇਹਨਾਂ ਦੇ ਵੱਲੋਂ ਪੁੱਛਗਿੱਛ ਕੀਤੀ ਗਈ ਹੈ ਵਿਪਾਸਨਾ ਇਨਸਾ ਦੇ ਕੋਲੋਂ, ਅਤੇ ਜੋ ਪੀਆਰ ਨੈਨ ਨੇ ਇਹਨਾਂ ਦੋਹਾਂ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਹੈ। ਦੱਸਦੀ ਕਿ ਬੁੱਢ ਜਵਾਹਰ ਸਿੰਘ ਵਾਲਾ ਦੇ ਵਿੱਚ 1 ਜੁਲਾਈ 2015 ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਹੋਇਆ ਸੀ, ਅਤੇ 12 ਅਕਤੂਬਰ 2015 ਨੂੰ ਪਿੰਡ ਜਵਾਹਰ ਸਿੰਘ ਦੀਆਂ ਗਲੀਆਂ ਦੇ ਵਿੱਚ ਪਾਵਨ ਸਰੂਪ ਦੇ ਅੰਗ ਬਿਖਰੇ ਹੋਏ ਦਿਖਾਈ ਦਿੱਤੇ ਸਨ। ਉਹਦਾ ਹੀ ਪੂਰਾ ਮਾਮਲਾ ਹੈ, ਲਗਾਤਾਰ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਇਹ ਮਾਮਲਾ ਭਖਿਆ ਰਹਿੰਦਾ ਹੈ, ਅਤੇ ਡੇਰਾ ਸਿਰਸਾ ਦਾ ਨਾਮ ਵੀ ਇਸ ਦੇ ਵਿੱਚ ਗੂੰਜਦਾ ਹੈ। ਜਦਕਿ ਜਿਹੜੀ ਹੁਣ ਐਸਆਈਟੀ ਬਣਾਈ ਗਈ ਇਸ ਦੇ ਵੱਲੋਂ ਬੜੀ ਗਹਿਰਾਈ ਦੇ ਨਾਲ ਅਤੇ ਰਫ਼ਤਾਰ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ, ਤੇਜ਼ੀ ਲਿਆਂਦੀ ਗਈ ਹੈ ਜਾਂਚ ਦੇ ਵਿੱਚ। ਇਸ ਦੇ ਚੱਲਦੇ ਜੋ ਵਿਪਾਸਨਾ ਇਨਸਾਨ ਨੂੰ ਸੰਮਨ ਕੀਤੇ ਜਾਣ ਦੇ ਬਾਵਜੂਦ ਪੇਸ਼ ਨਹੀਂ ਸੀ ਹੋ ਰਹੇ, ਤਾਂ ਅੱਜ ਇਸ ਰਵੱਈਏ ਤੋਂ ਪਰੇਸ਼ਾਨ ਹੋ ਕੇ ਐਸਆਈਟੀ ਦੀ ਟੀਮ ਸਿਰਸਾ ਪਹੁੰਚੀ ਹੈ ਜਿੱਥੇ ਵਿਪਾਸਨਾ ਇਨਸਾ ਅਤੇ ਪੀਆਰ ਨੈਨ ਦੇ ਕੋਲੋਂ 1 ਘੰਟੇ ਤੋਂ ਵੱਧ ਦੇ ਸਮੇਂ ਤੱਕ ਪੁੱਛਗਿੱਛ ਕੀਤੀ ਗਈ ਹੈ, ਤਮਾਮ ਸਵਾਲ ਜਵਾਬ ਕੀਤੇ ਗਏ ਨੇ। ਜੋ ਕੁਝ ਵੀ ਐਸਆਈਟੀ ਨੇ ਲਿਸਟ ਬਣਾ ਰੱਖੀ ਸੀ, ਕਿਉਂਕਿ ਲਗਾਤਾਰ ਐਸਆਈਟੀ ਇਹਨਾਂ ਨੂੰ ਬੁਲਾ ਰਹੀ ਸੀ ਲੁਧਿਆਣਾ ਦੇ ਵਿੱਚ ਪੇਸ਼ ਹੋਣ ਦੇ ਵਾਸਤੇ, ਲੇਕਿਨ ਵਿਪਾਸਨਾ ਇਨਸਾ ਨੇ ਕੋਈ ਜਵਾਬ ਨਹੀਂ ਦਿੱਤਾ। ਜਦਕਿ ਜੋ ਪੀਆਰ ਨੈਨ ਹੈ ਡੇਰੇ ਦਾ, ਉਸਦੇ ਵੱਲੋਂ ਬਿਮਾਰ ਹੋਣ ਦੀ ਗੱਲ ਕਹੀ ਗਈ ਸੀ ਅਤੇ ਆਪਣਾ ਮੈਡੀਕਲ ਵੀ ਭਿਜਵਾਇਆ ਗਿਆ ਸੀ, ਲੇਕਿਨ ਬਾਰ ਬਾਰ ਜਦੋਂ ਸੰਮਨ ਕਰਨ ਦੇ ਉੱਪਰ ਕੋਈ ਪੇਸ਼ ਨਹੀਂ ਹੋਇਆ ਤਾਂ ਅੱਜ ਐਸਆਈਟੀ ਦੀ ਟੀਮ ਨੇ ਡੇਰਾ ਸਿਰਸਾ ਦਾ ਰੁਖ ਕੀਤਾ, ਜਿੱਥੇ ਸੱਚਾ ਸੌਦਾ ਵਿਖੇ ਜਾ ਕੇ ਉਹਨਾਂ ਨੇ ਇਹਨਾਂ ਦੋਹਾਂ ਦੇ ਕੋਲੋਂ ਪੁੱਛਗਿੱਛ ਕੀਤੀ ਹੈ ਅਤੇ ਤਮਾਮ ਸਵਾਲ ਜਵਾਬ ਕੀਤੇ ਨੇ। ਜਦਕਿ ਅੱਗੇ ਦੀ ਜੋ ਕਾਰਵਾਈ ਕੀ ਰਹੇਗੀ ਉਸਦੇ ਉੱਪਰ ਨਿਗਾਹ ਬਣੀ ਰਹੇਗੀ ਕਿ ਹੁਣ ਅਗਲਾ ਐਕਸ਼ਨ ਜੋ ਐਸਆਈਟੀ ਉਸਦਾ ਕੀ ਹੋਏਗਾ। ਫਿਲਹਾਲ ਹੋਰ ਅਪਡੇਟਸ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ।